ਕੇਂਦਰ ਸਰਕਾਰ ਨੇ ਰਾਜਾਂ ਨੂੰ ਟੈਕਸ ਵੰਡ ਦੀ 118280 ਕਰੋੜ ਰੁਪਏ ਦੀ ਤੀਸਰੀ ਕਿਸ਼ਤ ਜਾਰੀ ਕੀਤੀ ਹੈ ਆਮ ਤੌਰ ਤੇ ਮਹੀਨੇ ਵਿੱਚ ਕੇਂਦਰ ਵੱਲੋਂ ਟੈਕਸ ਵੰਡ ਤਹਿਤ 59140 ਕਰੋੜ ਰੁਪਏ ਜਾਰੀ ਕੀਤੇ ਜਾਂਦੇ ਨੇ ਜੂਨ 2023 ਲਈ ਰੈਗੂਲਰ ਕਿਸ਼ਤ ਤੋਂ ਇਲਾਵਾ ਇੱਕ ਅਗੇਤੀ ਕਿਸ਼ਤ ਵੀ ਜਾਰੀ ਕੀਤੀ ਗਈ ਹੈ ਤਾਂ ਜੋ ਰਾਜਾਂ ਨੂੰ ਆਪਣੇ ਵਿਕਾਸ ਕਾਰਜਾਂ ਦੀ ਭਲਾਈ ਸੰਬੰਧਿਤ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕੇ ਜੂਨ ਮਹੀਨੇ ਦੌਰਾਨ ਕੇਂਦਰੀ ਟੈਕਸਾਂ ਵਿੱਚੋਂ ਰਾਜਾਂ ਨੂੰ ਵੰਡੀ ਗਈ ਰਕਮ ਵਿੱਚੋਂ ਪੰਜਾਬ ਨੂੰ 2137 ਕਰੋੜ ਰੁਪਏ ਮਿਲੇ ਨੇ